ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਉਹ ਦਿਨ ਆ ਗਿਆ ਹੈ ਜਿਸ ਦਾ ਸਾਨੂੰ ਇੰਤਜ਼ਾਰ ਸੀ ਅਤੇ ਜਿਹੜੇ ਆ ਵੋਟਰ ਸਪੋਰਟਰ ਅਤੇ ਸਾਡੇ ਜਿਹੜੇ ਆ ਨੁਮਾਇੰਦੇ ਉਹਨਾਂ ਵੱਲੋਂ ਬੜੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਵੋਟਾਂ ਦਾ, ਅਤੇ ਅੱਜ ਉਹ ਵੋਟਾਂ ਵਾਲਾ ਦਿਨ ਆ ਗਿਆ ਹੈ ਅਤੇ ਅਸੀਂ ਇਸ ਟਾਈਮ ਜਿਹੜੇ ਲਾਈਵ ਹਾਂ ਹਲਕਾ ਖੇਮਕਰਨ ਦੇ ਪਿੰਡ ਡਲ ਤੋਂ, ਅਤੇ ਉੱਥੇ ਜਿਹੜਾ ਵੋਟਾਂ ਦਾ ਰੁਝਾਨ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਜਿਹੜਾ ਇਸ ਟਾਈਮ ਜਿਹੜਾ ਉਹ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਕਿਉਂਕਿ ਅਜੇ ਜਿਹੜੀ ਆ ਵੋਟਾਂ ਦੀ ਸ਼ੁਰੂਆਤ ਹੀ ਹੋਈ ਆ ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਅਤੇ ਇਸ ਵਾਰ ਜਿਹੜਾ ਅੰਦਾਜ਼ਾ ਅਸੀਂ ਲਗਾ ਸਕਦੇ ਹਾਂ ਕਿ ਜਿਹੜਾ ਮਤਦਾਨ ਆ ਉਹ ਪਹਿਲਾਂ ਨੂੰ ਕਿਤੇ ਜ਼ਿਆਦਾ ਹੋਊਗਾ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਜਿਹੜੀਆਂ ਉਹ ਤਸਵੀਰਾਂ ਦਿਖਾਈਆਂ ਜਾਣ ਕਿਸ ਤਰ੍ਹਾਂ ਜਿਹੜੀਆਂ ਲਾਈਨਾਂ ਲੰਬੀਆਂ ਲੱਗੀਆਂ ਹੋਈਆਂ ਏ ਪੋਲਿੰਗ ਬੂਥਾਂ ਦੇ ਉੱਤੇ। ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜਿਹੜਾ ਉਤਸ਼ਾਹ ਆ ਵੋਟਰਾਂ ਦੇ ਵਿੱਚ ਆਪਣੇ ਜਿਹੜੇ ਆ ਸਰਕਾਰ ਚੁਣ ਨੂੰ ਅਤੇ ਆਪਣੇ ਨੁਮਾਇੰਦੇ ਚੁਣ ਨੂੰ। ਜਗਜੀਤ ਸਿੰਘ ਇਸ ਤੋਂ ਇਲਾਵਾ ਸਰ ਹੋਰ ਜਿਹੜੇ ਆ ਨਵੇਂ ਪ੍ਰਬੰਧ ਜਿਹੜੇ ਸਰਕਾਰ ਵੱਲੋਂ ਕੀਤੇ ਗਏ ਉਹਨਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ, ਜਿਸ ਤਰ੍ਹਾਂ ਸੈਨੇਟਾਈਜ਼ਰ ਦੀ ਸਹੂਲਤ ਜਾਂ ਪੂਰੀ ਸਹੂਲਤ ਆ। ਸੈਨੇਟਾਈਜ਼ਰ ਗੇਟ 'ਤੇ ਲਵਾਇਆ ਹੋਇਆ ਵਾ ਸਰਕਾਰ ਨੇ, ਅਤੇ ਉੱਥੋਂ ਜੇ ਕੋਈ ਮਤਲਬ ਕਿ ਮਰੀਜ਼ ਆ ਤਾਂ ਉਹਨੂੰ ਚੈੱਕ ਕਰਕੇ ਲੰਘਾਉਂਦੇ ਆ, ਅਤੇ ਲੰਘਾ ਕੇ ਅਤੇ ਵੋਟ ਪਵਾ ਕੇ ਅਤੇ ਕਰ ਨਿਕਲੀ ਜਾਂਦੇ। ਹਾਂਜੀ, ਕੀ ਨਾਮ ਭਾਜੀ? ਸੁਰਿੰਦਰ ਸਿੰਘ। ਕਿਹੜਾ ਪਿੰਡ ਆ? ਡਲ ਜੀ। ਅਤੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੀਆਂ ਵੋਟਾਂ ਪੈ ਜਾਂਦੀਆਂ, ਕਿੰਨਾ ਕੁ ਉਤਸ਼ਾਹ ਆ ਜਿਹੜਾ? ਬਹੁਤ ਜ਼ਿਆਦਾ ਉਤਸ਼ਾਹ ਸੰਗਤ ਵਿੱਚ, ਬਹੁਤ ਵੱਡੀ ਜਿਹੜੀ ਗਿਣਤੀ ਨਾਲ ਮਤਦਾਨ ਹੋ ਰਿਹਾ ਹੈ। ਜੀ ਗੁਰਸੇਵਕ ਸਿੰਘ। ਕਿਹੜਾ ਪਿੰਡ ਆ? ਡਲ। ਤੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ? ਮਾਹੌਲ ਬਹੁਤ ਵਧੀਆ ਚੱਲ ਰਿਹਾ ਜੀ, ਸਾਰੇ ਤਿੰਨ ਚਾਰ ਪਾਰਟੀਆਂ ਜਿਹੜੀਆਂ ਰਲ ਮਿਲ ਕੇ ਆਪੋ ਆਪਣਾ ਵੋਟ ਭੁਗਤਾ ਰਹੇ ਆ, ਕੋਈ ਇਹੋ ਜਿਹਾ ਡਰ ਵਾਲੀ ਗੱਲ ਨਹੀਂ, ਬਹੁਤ ਵਧੀਆ। ਇਸ ਵਾਰ ਕਿੰਨੀ ਕੁ ਪੋਲਿੰਗ ਜਿਹੜੀ ਆ ਹੋਣ ਦੀ ਆਸ? ਤਕਰੀਬਨ ਪੋਲਿੰਗ 2500 ਦੇ ਏਡ ਗੇਡ ਅੰਦਾਜ਼ਾ ਵੀ ਹੋ ਜਾਊਗੀ। ਅਤੇ ਜਿਹੜੇ ਚੋਣ ਪ੍ਰਬੰਧ ਉਹ ਕਿਸ ਤਰ੍ਹਾਂ ਦੇ ਸਰਕਾਰ ਦੇ? ਚੋਣ ਪ੍ਰਬੰਧ ਸਰਕਾਰ ਵੱਲੋਂ ਤਾਂ ਬਹੁਤ ਸਖਤ ਆ ਜੀ, ਕਿਸੇ ਬੰਦੇ ਨੂੰ ਨਾ ਕੋਈ ਮੋਬਾਈਲ ਲੈ ਕੇ ਅੰਦਰ ਜਾਣ ਦਿੰਦੇ ਆ, ਨਾ ਕਿਸੇ ਦੂਜੇ ਬੰਦੇ ਨੂੰ ਜਾਣ ਦਿੰਦੇ, ਇੱਕ ਤੋਂ ਇੱਕ ਬੰਦਾ ਅੰਦਰ ਜਾ ਕੇ ਵੋਟ ਭੁਗਤਾ ਰਿਹਾ, ਬਹੁਤ ਵਧੀਆ ਮੁਲਾਜ਼ਮਾਂ ਦੀ ਡਿਊਟੀ ਨਿਭਾ ਰਿਹਾ। ਕੀ ਨਾ ਸਰ? ਮੈਂ SHO ਕਮਲਜੀਤ, ਥਾਣਾ ਖਾਲੜਾ ਜੀ। ਅਤੇ ਜਿਹੜੀਆਂ ਅੱਜ ਹਲਕਾ ਖੇਮਕਰਨ ਦੇ ਵਿੱਚ ਚੋਣਾਂ ਹੋ ਰਹੀਆਂ, ਕਿਸ ਤਰ੍ਹਾਂ ਦੇ ਜਿਹੜੇ ਉਹ ਪ੍ਰਬੰਧ ਕੀਤੇ ਗਏ ਸਰਕਾਰ ਵੱਲੋਂ? ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਰਕਾਰ ਵੱਲੋਂ, ਵਧੀਆ ਅਮਨ ਸ਼ਾਂਤੀ ਦੇ ਨਾਲ ਵੋਟਾਂ ਪੈ ਰਹੀਆਂ। 6-7 ਮੈਂ ਪਿੰਡ ਚੈੱਕ ਕਰਕੇ ਆਇਆ, ਜਿਸ ਤਰ੍ਹਾਂ ਡਿਗਰੀ ਵਗੈਰਾ ਖਾਲੜੇ ਤੋਂ ਚੈੱਕ ਕਰਕੇ ਆਇਆ, ਜੀ 2 ਪਿੰਡ ਚੈੱਕ ਕਰਕੇ ਆਇਆ, ਬਿਲਕੁਲ ਠੀਕ ਚੱਲਣ ਡਿਆ। ਧੰਨਵਾਦ।